ਲੋ ਗਾਇਸ ਤੇ ਅੱਜ ਦੇ ਨਵੇਂ ਵਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਦਿਖਾਉਣੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਿਆਂ ਦੇ ਜਿਹੜੇ ਆਪਾਂ ਦਰਸ਼ਨ ਕਰੇ ਸੀ ਸਾਰੇ APZ ਵੀ ਮੌਜੂਦ ਮੋਤੀ ਮਹਿਰਾ ਗੁਰਦੁਆਰਾ ਸਾਹਿਬ ਦੇ ਅਤੇ ਆਪਣਾ ਛੋਟੇ ਸਾਹਿਬਜ਼ਾਦਿਆਂ ਜਿੱਥੇ ਜਿਹੜੇ ਗੁਰਦੁਆਰੇ 'ਚ ਨੀਹਾਂ ਚਿਣਿਆ ਗਿਆ ਸੀ ਉਹ ਗੁਰਦੁਆਰਾ ਸਾਹਿਬ ਠੰਡੇ ਬੁਰਜ ਦੇ ਅਤੇ ਜੋਤੀ ਸਰੂਪ ਅਤੇ ਨਿੰਗਾਲਾ ਗੁਰਦੁਆਰਾ ਮੀਨਜ਼ ਕਿ ਸ਼ੀਰਾਂ ਵਾਲਾ ਗੁਰਦੁਆਰਾ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ੀਰਾਂ ਨੇ ਰਾਖੀ ਕੀਤੀ ਸੀ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਤਾ ਸੀਗਾ ਅਤੇ ਉਹਨਾਂ ਦੀ ਜਿਹੜੇ ਚਿਤਾ ਸੀਗੀ ਮੀਨਜ਼ ਕਿ ਆਪਾਂ ਕਹਿ ਦਿੰਦੇ ਲਾਸਾਂ ਪਰ ਆਪਾਂ ਉਹਨਾਂ ਨੂੰ ਕਹਿ ਨਹੀਂ ਸੀ ਨਾ ਸਕਦੇ ਅਤੇ ਉਹਨਾਂ ਦੀ ਸ਼ੇਰਾਂ ਨੇ ਉਹ ਕਰੀ ਸੀ ਰਾਖੀ ਉਹਨਾਂ ਦੀ ਚਿਤਾ ਦੀ ਅਤੇ ਉਹ ਗੁਰਦੁਆਰੇ ਸਾਰੇ ਗੁਰਦੁਆਰਿਆਂ ਦੇ ਪੰਜ ਗੁਰਦੁਆਰੇ ਉੱਥੇ ਮੇਨ ਨੇਗੇ ਪੰਜੇ ਦੇ ਪੰਜਿਆਂ ਦੇ ਤੁਹਾਨੂੰ ਆਪਾਂ ਉਹ ਕਰਵਾਤੇ ਸੀਗੇ ਬਾਕੀ ਹੋਰ ਵੀ ਬਹੁਤ ਗੁਰਦੁਆਰੇ ਸੀ ਉੱਥੇ ਜਿਵੇਂ ਕਿ ਮੰਨ ਕੇ ਚੱਲੋ A to Z ਮੈਨੂੰ ਲੱਗਦਾ ਹੋਣਗੇ ਦਸ ਦੇ ਕਰੀਬ ਕਰੀਬ ਗੁਰਦੁਆਰੇ A to Z ਪਰ ਆਪਾਂ ਤੁਹਾਨੂੰ ਮੇਨ ਮੇਨ ਗੁਰਦੁਆਰਿਆਂ ਦੀ ਗੱਲ ਕਰ ਰਹੇ ਹਾਂ ਸਿਰਫ ਔਰ ਸਿਰਫ ਮੇਨ ਗੁਰਦੁਆਰਿਆਂ ਦੀ ਮੇਨ ਗੁਰਦੁਆਰੇ ਜੋਤੀ ਸਰੂਪ ਨਿੰਗਾਲਾ ਗੁਰਦੁਆਰਾ ਅਤੇ ਛੋਟੇ ਸਾਹਿਬਜ਼ਾਦਿਆਂ ਜਿੱਥੇ ਨੀਹਾਂ ਚਿਣਿਆ ਗਿਆ ਸੀ ਅਤੇ ਇੱਕ ਹੋਰ ਹੈਗਾ ਠੰਡਾ ਬੁਰਜ ਇੱਕ ਹੈਗਾ ਮੋਤੀ ਮਹਿਰਾ ਅਤੇ ਉਹ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਅਤੇ ਬਾਕੀ ਆਪਾਂ ਸਾਰੀਆਂ ਵੀਡੀਓ ਦੀ ਇੰਟਰੋ ਅਤੇ ਆਊਟਰੋ ਘਰ ਬਾਅਦ 'ਚੋਂ ਸ਼ੂਟ ਕਰ ਰਹੇ ਹਾਂ ਕਿਉਂਕਿ ਉੱਥੇ ਫਿਰ ਬਾਹਲਾ ਕਰਾਊਡ ਹੋਣ ਕਰਕੇ ਜ਼ਿਆਦਾ ਰਿਸੋਰਸ ਆਪਾਂ ਹੋਣ ਕਰਕੇ ਆਪਾਂ ਉੱਥੇ ਆਊਟਰੋ ਅਤੇ ਇੰਟਰੋ ਸ਼ੂਟ ਨਹੀਂ ਕਰ ਸਕੇ ਅਤੇ ਘਰ ਆ ਕੇ ਇੰਟਰੋ ਅਤੇ ਆਊਟਰੋ ਸ਼ੂਟ ਕਰ ਰਹੇ ਹਾਂ ਆਪਾਂ ਹੁਣ ਅਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤਾਂ ਚੈਨਲ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਕਮੈਂਟ ਵੀ ਜ਼ਰੂਰ ਕਰਿਓ ਜੇ ਤੁਹਾਨੂੰ ਇੱਦਾਂ ਦੀਆਂ ਵੀਡੀਓ ਹੋਰ ਵੀ ਚਾਹੀਦੀਆਂ ਹੋਈਆਂ ਬਸ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਗੱਲ ਕਹਿਣਾ ਚਾਹੂੰ ਵੀ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਇਹੀ ਕਰਿਆ ਕਰੋ ਹਰੇਕ ਵੀ ਲੰਗਰ ਆਪਾਂ ਲਾਈਏ 17 ਤਰੀਕ ਨੂੰ ਕਿਉਂਕਿ ਉਹ ਦਿਨਾਂ ਦੇ ਵਿੱਚ ਉੱਥੇ ਇੱਕ ਵੀ ਲੰਗਰ ਨਹੀਂ ਹੁੰਦਾ ਜਦੋਂ ਆਪਾਂ ਲੰਗਰ ਲਾਇਆ ਸੀ 17 ਤਰੀਕ ਨੂੰ ਉਦੋਂ ਉੱਥੇ ਕਰੀਬ 2-3 ਕੁ ਲੰਗਰ ਸੀਗੇ A to Z ਅਤੇ ਜਿਸ ਦਿਨੇ ਆਪਾਂ ਮੁੜ ਕੇ ਆਏ ਹਾਂ 24 ਤਰੀਕ ਨੂੰ ਉਦਨੇ ਬਹੁਤ ਲੰਗਰ ਹੋ ਗਏ ਸੀਗੇ 23 ਨੂੰ ਬਹੁਤ ਲੰਗਰ ਹੋ ਜਾਂਦੇ ਨੇਗੇ ਤਾਂ ਕਰਕੇ ਵੀ 17 ਨੂੰ ਹੀ ਲਾਇਆ ਕਰੋ ਅਤੇ ਚਲੋ ਬਸ ਫਿਰ ਆਪਾਂ ਅੱਗੇ ਦਿਖਾਉਣਾ ਹੁਣ ਤੁਹਾਨੂੰ ਵੀਡੀਓ ਅਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਮਿਲਦੇ ਹਾਂ ਫਿਰ ਤੁਹਾਨੂੰ ਅੱਗੇ ਲਓ ਬਾਈ ਅਤੇ ਹੁਣ ਆਪਾਂ ਆ ਗਏ ਠੰਡੇ ਬੁਰਜ 'ਚ ਮੱਥਾ ਟੇਕਣ ਅਤੇ ਭੀੜ ਬਿਲਕੁਲ ਵੀ ਨਹੀਂ ਹੈਗੀ ਅਤੇ ਹੁਣ ਸੰਗਤਾਂ ਜਾ ਰਹੀਆਂ ਨੇ ਮੱਥਾ ਟੇਕਣ ਠੰਡੇ ਬੁਰਜ ਦੇ ਵਿੱਚ ਅਤੇ ਦੇਖੋ ਬਾਈ ਤੁਸੀਂ ਅੰਦਰੋਂ ਠੰਡੇ ਬੁਰਜ ਦਾ ਪ੍ਰੋਪਰ ਕਿਉਂਕਿ ਇਹ ਜਦੋਂ ਸਭਾ ਦੇ ਟਾਈਮ ਹੁੰਦੇ ਨੇ ਹਰੇਕ ਉਦੋਂ ਹੀ ਆਉਂਦਾ ਮੱਥਾ ਟੇਕਣ ਉਦੋਂ ਇਹ ਵੀਡੀਓ ਨਹੀਂ ਬਣਾਉਣ ਦਿੰਦੇ ਹੁਣ ਦੇਖੋ ਤੁਸੀਂ ਪ੍ਰੋਪਰ ਲੋ ਵੀ ਅਤੇ ਹੁਣ ਆਪਾਂ ਠੰਡੇ ਬੁਰਜ 'ਚ ਮੱਥਾ ਟੇਕ ਲਿਆ ਹੁਣ ਆਪਾਂ ਚੱਲਦੇ ਹਾਂ ਦੂਸਰੇ ਗੁਰਦੁਆਰਾ ਸਾਹਿਬ 'ਚ ਉੱਧਰ ਸਾਹਮਣੇ ਮੱਥਾ ਟੇਕਣ ਦੇਖੋ ਸੰਗਤਾਂ ਜਾਣੀ ਹੁਣ ਭੀੜ ਘੱਟ ਆ ਜੇ ਆਪਾਂ 24-25 ਆਈ ਉਦੋਂ ਭੀੜ ਵੱਧ ਜਾਣੀ ਹੁੰਦੀ ਆ ਹੁਣ ਤਾਂ ਆਈ ਜਾਂਦੇ ਨੇ ਮੱਥਾ ਟੇਕੀ ਜਾਂਦੇ ਜਾਈ ਜਾਂਦੇ ਨੇ ਹੁਣ ਆਪਾਂ ਉੱਧਰ ਮੱਥਾ ਟੇਕੀਏ ਉਹ ਉੱਧਰ ਨਿਸ਼ਾਨ ਸਾਹਿਬ ਅਤੇ ਫਿਰ ਮਿਲ ਜਾਂਦੇ ਠੀਕ ਹੈ ਜੀ ਹੁਣ ਦੇਖੋ ਤੁਸੀਂ ਪ੍ਰੋਪਰ ਵਿਊ ਸਾਰਾ ਠੰਡੇ ਬੁਰਜ ਦਾ ਅਤੇ ਮਾੜਾ ਜਿਹਾ ਐਂਗਲ ਚੇਂਜ ਕਰ ਲਈ ਤੁਹਾਨੂੰ ਫਿਰ ਦੇਖ ਲਓ ਮੂਹਰੋਂ ਫਰੰਟ ਸਾਰਾ ਦੇਖੋ ਪੂਰਾ ਪ੍ਰੋਪਰ ਦੇਖ ਲਿਆ ਆ ਵੀ ਪੜ੍ਹਦੇ ਸਾਰੇ ਜਾਣੇ ਇਹ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੂ ਵੀ ਕੀ ਆਪਣਾ ਸਾਹਿਬਜ਼ਾਦਿਆਂ ਨੂੰ ਕਿਵੇਂ ਕਰਿਆ ਸੀ ਕਿਵੇਂ ਨਾ ਮਾਤਾ ਗੁਜਰੀ ਜੀ ਨੂੰ ਕਿਵੇਂ ਰੱਖਿਆ ਸਾਰਾ ਪਤਾ ਲੱਗ ਜੂ ਕਿੰਨੀ ਤਰੀਕ ਨੂੰ ਕੀ ਸੀਗਾ ਸਾਰਾ ਕੁਝ ਪਤਾ ਲੱਗ ਜੂ ਉਹਨੂੰ ਜ਼ਰੂਰ ਪੜਿਓ ਆਹ ਚੀਜ਼ ਵੀ ਸਾਰੇ ਜਾਣੇ ਬਾਕੀ ਵਿਊ ਦੇਖ ਕਰੋ ਜੀ ਅਤੇ ਚਲੋ ਫਿਰ ਆਪਾਂ ਹੁਣ ਇੱਕ ਦੀ ਰੀਲ ਰੂਲ ਬਣਾ ਲਈਏ ਅਤੇ ਬਸ ਉਹ ਵੀ ਤੁਸੀਂ ਚੈੱਕ ਕਰਿਓ ਆਪਣੇ ਧਾਲੀ ਵਾਲੇ ਬਲੌਗ ਵਾਲੇ ਚੈਨਲ ਉਹ 'ਤੇ ID 'ਤੇ ਚਲੋ ਹੁਣ ਆਪਾਂ ਚੱਲਦੇ ਹਾਂ ਉੱਧਰਲੇ ਗੁਰਦੁਆਰੇ ਉੱਧਰ ਮੱਥਾ ਟੇਕਦੇ ਹਾਂ ਅਤੇ ਦਿਖਾਉਣਾ ਤੁਹਾਨੂੰ ਅੱਗੇ ਬਾਕੀ ਤੁਸੀਂ ਆਹ ਵੀ ਜ਼ਰੂਰ ਚੈੱਕ ਕਰਿਓ ਸਾਰੇ ਜਾਣੇ ਇੱਧਰ ਜ਼ਰੂਰ ਭੀੜ ਹੋਈ ਹੈ ਉੱਧਰ ਹੈ ਨਹੀਂ ਜੀ ਠੰਡੇ ਬੁਰਜ ਵੱਲ ਇੱਧਰ ਖੜਨਾ ਪਊ ਆਪਾਂ 15-20 ਮਿੰਟ ਅਤੇ ਫਿਰ ਵਾਰੀ ਆਊ ਇੱਧਰ ਗਾਈ ਬਹੁਤ ਭੀੜ ਹੋਈ ਹੈ ਦੇਖੋ ਕਿੱਡੀ ਦੂਰ ਤੱਕ ਸੰਗਤ ਦੀ ਲਾਈਨ ਲੱਗੀ ਖੜੀ ਹੈਗੀ ਦਰਬਾਰ ਸਾਹਿਬ 'ਚ ਅਤੇ ਗਾਈ ਇੱਧਰ ਤਾਂ ਹੈਗਾ ਅੰਦਰ ਮਹਾਰਾਜ ਦਾ ਸਰੂਪ ਪ੍ਰਕਾਸ਼ ਅਤੇ ਥੱਲੇ ਚੱਲਦੇ ਹਾਂ ਆਪਾਂ ਭੋਰਾ ਸਾਹਿਬ 'ਚ ਅਤੇ ਤੁਹਾਨੂੰ ਦਿਖਾਉਣੇ ਹਾਂ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ ਉਹ ਥਾਂ ਦਿਖਾਉਣੇ ਹੁਣ ਆਪਾਂ ਥੱਲੇ ਭੋਰਾ ਸਾਹਿਬ ਦੇ ਵਿੱਚ ਜਾ ਰਹੇ ਹਾਂ ਆਹ ਜਗ੍ਹਾ ਗਾਈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ ਸੀ ਅਤੇ ਇੱਥੇ ਹੁਣ ਅੱਜ ਦੇ ਟਾਈਮ 'ਚ ਮਹਾਰਾਜ ਦਾ ਸਰੂਪ ਪ੍ਰਕਾਸ਼ ਕੀਤਾ ਗਿਆ ਅਤੇ ਤੁਸੀਂ ਉਹ ਬੋਰਡ ਜ਼ਰੂਰ ਪੜ੍ਹੋ ਤਲਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਸਾਰਾ ਲੋ ਵੀ ਤੇ ਅੰਦਰ ਮੱਥਾ ਟੇਕ ਗਏ ਨਾਲੇ ਤਾਂ ਆਪਾਂ ਭੋਰਾ ਸਾਹਿਬ 'ਚ ਮੱਥਾ ਟੇਕ ਗਏ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨੀਹਾਂ 'ਚ ਚੜ ਕੇ ਉੱਥੇ ਵੀ ਟੇਕ ਗਏ ਅਤੇ ਅੰਦਰ ਇੱਧਰ ਜਿੱਧਰ ਮਹਾਰਾਜ ਦਾ ਸਰੂਪ ਪ੍ਰਕਾਸ਼ ਕੀਤਾ ਗਿਆ ਉੱਧਰ ਵੀ ਮੱਥਾ ਟੇਕ ਗਏ ਅਤੇ ਦੇਖ ਵੀ ਲੈ ਲਈ ਆਪਾਂ ਹੁਣ ਆਪਾਂ ਚੱਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ ਤੁਹਾਨੂੰ ਫਿਰ ਉੱਥੇ ਦਿਖਾਵਾਂਗੇ ਆਪਾਂ ਅੱਗੇ ਅਤੇ ਬਣੇ ਰਹੋ ਵੀਡੀਓ ਦੇ ਵਿੱਚ ਅਤੇ ਚੈਨਲ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਓ ਬਾਈ ਅਤੇ ਹੁਣ ਆਪਾਂ ਚੱਲੇ ਮੋਤੀ ਮਹਿਰੇ ਉੱਧਰ ਮੱਥਾ ਟੇਕ ਆਏ ਆਪਾਂ ਅਤੇ ਭੀੜ ਜਮੀ ਨਹੀਂ ਹੈਗੀ ਭੀੜ 24 ਤਰੀਕ ਤੋਂ ਹੋ ਜਾਂਦੀ ਹੁੰਦੀ ਆ ਉਦੋਂ ਪਹਿਲਾਂ ਜਿਹੜੇ ਆ ਗਏ ਭੀੜ ਜਮੀ ਨਹੀਂ ਹੋਣੀ ਹੈਗੀ ਉਦੋਂ ਬਾਅਦ 'ਚੋਂ ਭੀੜ ਬਹੁਤ ਹੋ ਜਾਂਦੀ ਹੁੰਦੀ ਆ ਅਤੇ ਚਲੋ ਆਪਾਂ ਮੋਤੀ ਮਹਿਰੇ ਮੱਥਾ ਟੇਕ ਦਿੰਦੇ ਫਿਰ ਦਿਖਾਉਣਾ ਹੁਣ ਗਾਈ ਜਾ ਗਏ ਆਪਾਂ ਮੋਤੀ ਮਹਿਰੇ ਇੱਥੇ ਮੋਤੀ ਮਹਿਰੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ
दुध पिलाया सी गिलासा च ते ओह गिलासा नू रखिया वै सांभ के ते आपां सानू ओह गिलासा दे दर्शन भी कराउणे अगे ते गाइस पूरी जानकारी लई तुसीं आ जरूर पढ़ लो सानू इहदे च पता लग जू सारा ते हुण आपां अंदर मत्था टेकण चलदे आ ते दिखाउणा ठीक है जी अंदर दा देखो ये गुरुद्वारा साहब चाहे 24 तरीक नूं आ जाओ फिर भी भीड़ घट ही होंदी इन्नी भीड़ नहीं होंदी पर भीड़ तो होंदी है पर उन्नी नहीं होंदी जिन्नी वह गुरुद्वारा साहब च होंदी हैगी ते उधर तो पैर धरन नूं जगह नहीं होंदी देखो भाई हुण सानूं दिखाउणे आपां गिलासां दे दर्शन कराउणे आ जिहड़े गिलासां छोटे साहिबजादे ने दुध पीता जी ओह गिलासां दे दर्शन कराउणे आ सानूं देखो ਉਹ ਟਾਈਮ ਦੀਆਂ ਸਾਰੀਆਂ ਇੱਥੇ ਫੋਟੋਆਂ ਜਾਣੀ ਮਿਊਜ਼ੀਅਮ ਟਾਈਪ ਹੀ ਬਣਿਆ ਵੈਸੇ ਫੋਟੋਆਂ ਸਾਰੀਆਂ ਲਾਈਆਂ ਹੋਈਆਂ ਨੇ ਇੱਥੇ ਉਹ ਟਾਈਮ ਦੀਆਂ ਪ੍ਰੋਪਰ ਦੇਖੋ ਜ਼ਰੂਰ ਪੜ੍ਹਿਓ ਜੀ ਵੀਡੀਓ ਰੋਕ ਰੋਕ ਕੇ ਜ਼ਰੂਰ ਪੜ੍ਹਿਓ ਸਾਰੇ ਜਾਣੇ ਆਹ ਵੀ ਜ਼ਰੂਰ ਪੜ੍ਹਿਓ ਅਤੇ ਹੁਣ ਅਸੀਂ ਉਹਨੂੰ ਆਪਾਂ ਗਲਾਸਾਂ ਦੇ ਦਰਸ਼ਨ ਕਰਾਉਣੇ ਆ ਦੇਖੋ ਆਹ ਗਲਾਸ ਨੇ ਹੋਊਗਾ ਜੀ ਜਿਹਨਾਂ ਛੋਟੇ ਸਾਹਿਬਜ਼ਾਦਿਆਂ ਨੇ ਦੁੱਧ ਪੀਤਾ ਸੀ ਇਹ ਥੋੜ੍ਹੀ ਜਿਹੀ ਵੀਡੀਓ ਕਲੀਅਰ ਨਹੀਂ ਆ ਰਹੀ ਇੱਥੋਂ ਦੇਖੋ ਇੱਥੋਂ ਪ੍ਰੋਪਰ ਪਤਾ ਲੱਗਦਾ ਜੀ ਤੁਹਾਨੂੰ ਇਹ ਮੋਤੀ ਮਹਿਰੇ ਮੱਥਾ ਟੇਕ ਕੇ ਆਪਾਂ ਚੱਲ ਵੜਿਆ ਹੁਣ ਆਪਾਂ ਨੇ ਲੰਗਰ ਵਾਲੇ ਨੂੰ ਅਤੇ ਹਜੇ ਤਾਂ ਜੀ ਸੜਕਾਂ 'ਤੇ ਭੀੜ ਬਹੁਤ ਘੱਟ ਆ ਨਾਲ ਜਿਹੜੇ ਸਾਧਨ ਸੁਧੇ ਨੇ ਐਂ ਭਜਾਈ ਫਿਰਦੇ ਨੇ ਕੁਛ ਨਹੀਂ ਭੱਜਣਾ ਹੈਗਾ ਇੱਥੇ ਉਹਦੇ ਨਾਲ ਵੇਲੇ ਨੂੰ ਤਾਂ ਪੂਰਾ ਰਸ ਹੋਊ ਇੱਥੇ ਤੁਰੇ ਹੀ ਫਿਰਨਗੇ ਸਾਰੇ ਅਤੇ ਆਹ ਗੱਡੀਆਂ ਗੁੱਡੀਆਂ ਕੋਈ ਗੱਡੀ ਨਹੀਂ ਆ ਸਕਦੀ ਆ ਸੜਕ 'ਤੇ ਫਿਰਦੇ ਇਹ ਬੰਦ ਵੀ ਕਰ ਦਿੰਦੇ ਨੇ ਜਿਵੇਂ ਆਪਾਂ ਪਿੰਡੋਂ ਕੱਲ੍ਹ ਗੱਡੀ ਲੈ ਕੇ ਆਏ ਹਾਂ ਉਹ ਗੱਡੀਆਂ ਫਿਰ ਆਉਣੀਆਂ ਬੰਦ ਕਰ ਦੇਣਗੇ ਦੂਰ ਖੜਾ ਦਿਆ ਕਰਨਗੇ ਦੂਰ ਹੀ ਰੋਕ ਦਿਆ ਕਰਨਗੇ ਵੀ ਗਾਹਾਂ ਨਹੀਂ ਜਾਣੀ ਗੱਡੀ ਇਹ ਲਓ ਜੀ ਆਪਾਂ ਆਪਣੇ ਲੰਗਰ ਕੋਲ ਪਹੁੰਚ ਗਏ ਆਪਾਂ 2-3 ਗੁਰੂ ਘਰੇ ਮੱਥਾ ਟੇਕਿਆ ਜੀ ਬੋਤੀ ਮੇਰੇ ਟੇਕ ਤਾਂ ਠੰਡੇ ਬੁਰਜ ਜਿਹੜੇ ਟੇਕਤਾ ਅਤੇ ਆਪਣੇ ਆਹ ਗੁਰਦੁਆਰੇ ਟੇਕਤਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਜਿਹੜੇ ਨੇ ਸੀ ਅਤੇ ਇਹਦਾ ਆਪਣੇ 3 ਹੀ ਨੇੜੇ ਸੀਗੇ ਗੁਰਦੁਆਰੇ ਹੁਣ ਆਪਣਾ ਰਹਿ ਗਿਆ ਦੂਰ ਵਾਲਾ ਜੋਤੀ ਸਰੂਪ ਸਾਹਿਬ ਉੱਥੇ ਦੇਖਦੇ ਹਾਂ ਆਪਾਂ ਹੁਣ ਕਦੋਂ ਜਾਂਦੇ ਹਾਂ ਮੱਥਾ ਟੇਕਣ ਅਤੇ ਫਿਰ ਉੱਥੇ ਵੀ ਦਿਖਾਵਾਂਗੇ ਸਾਨੂੰ ਅਤੇ ਚਲੋ ਹੁਣ ਲੰਗਰ 'ਚ ਚੱਲ ਰਿਹਾ ਵੀ ਜੋਤੀ ਸਰੂਪ ਨੂੰ ਤੁਰ ਪਏ ਆਪਾਂ ਤੁਰੇ ਜਾ ਰਹੇ ਹਾਂ ਰਸਤੇ 'ਚ ਉਹਨੂੰ ਉੱਥੇ ਚੱਲ ਕੇ ਦਿਖਾਵਾਂਗੇ ਠੀਕ ਹੈ ਜੀ ਜਿਹੜੇ ਆਪਾਂ ਪਿਛਲੇ ਗੁਰਦੁਆਰੇ ਸਾਹਿਬ ਦੇ ਵਿੱਚ ਮੱਥੇ ਟੇਕੇ ਜਿਵੇਂ ਕਿ ਠੰਡੇ ਬੁਰਜ 'ਚ ਮੋਤੀ ਮਹਿਰ 'ਚ ਸਾਰਿਆਂ 'ਚ ਉਹ ਤਾਂ ਆਪਾਂ ਟੇਕ ਲਏ ਸੀ 21 ਤਰੀਕ ਨੂੰ ਅਤੇ ਅੱਜ ਹੈਗੀ ਆ 23 ਤਰੀਕ ਅਤੇ ਅੱਜ ਆਪਾਂ ਚੱਲੇ ਹਾਂ ਆਪਣੇ ਨਾਲ ਦੇ ਕਿਉਂਕਿ ਪਿੰਡੋਂ ਆ ਗਏ ਸੀ ਜੋਤੀ ਸਰੂਪ ਦੂਰ ਹੋਣ ਕਰਕੇ ਆਪਾਂ ਇਕੱਲੇ ਨਹੀਂ ਗਏ ਸੀ ਬਾਕੀ ਗੁਰਦੁਆਰਿਆਂ ਦਾ ਆਪਾਂ ਇਕੱਲੇ ਮੱਥਾ ਟੇਕਿਆ ਸੀ ਕਿਉਂਕਿ ਨਾਲ ਹੀ ਸੀ ਆਪਣੇ ਲੰਗਰ ਦੇ ਅਤੇ ਇਹ ਆਪਾਂ ਅੱਜ 23 ਤਰੀਕ ਨੂੰ ਆਏ ਨੇ ਪਿੰਡੋਂ ਅਤੇ ਅੱਜ ਆਪਾਂ ਇਹਨਾਂ ਨਾਲ ਚੱਲੇ ਹਾਂਗੇ ਜੋਤੀ ਸਰੂਪ ਮੱਥਾ ਟੇਕਣ ਇਹਨਾਂ ਨੇ ਵੀ ਬਾਕੀ ਗੁਰਦੁਆਰੇ ਟੇਕ ਆਉਂਦਾ ਸੀਗਾ ਸਵੇਰੇ ਅਤੇ ਅੱਜ ਮੈਂ ਇਹਨਾਂ ਨਾਲ ਚੱਲਿਆ ਜੋਤੀ ਸਰੂਪ ਮੱਥਾ ਟੇਕਣ ਅਤੇ ਅੱਜ ਭੀੜ ਵੱਧ ਗਈ ਹੈ ਸੜਕਾਂ 'ਤੇ ਮਾੜੀ ਮਾੜੀ ਅਤੇ ਹੁਣ ਆਪਾਂ ਚਲੇ ਚੱਲਦੇ ਹਾਂ ਜੋਤੀ ਸਰੂਪ ਅਤੇ ਤੁਹਾਨੂੰ ਦਿਖਾਉਣੇ ਅੱਗੇ ਸੰਗਤ ਹੁਣ ਬਹੁਤ ਆ ਰਹੀ ਆ ਦੇਖੋ ਟਰੈਕਟਰ ਆ ਰਹੇ ਨੇਗੇ ਹੁਣ ਅਤੇ ਬਾਕੀ ਅੱਧੇ ਟਰੈਕਟਰ ਜਾਣੀ ਪਹਿਲਾਂ ਲੰਗਰ ਲਾ ਕੇ ਚੱਲ ਵੀ ਜਾਂਦੇ ਨੇ ਜਿਵੇਂ ਕਿ ਹੁਣ ਆਪਾਂ ਇੱਕ ਅੱਧੇ ਦਿਨ 'ਚ ਚੱਲ ਜਾਂਗੇ ਆਪਣੀ 25 ਲਾਸਟ 3 ਆ 25 ਨੂੰ ਆਪਾਂ ਚੱਲ ਜਾਂਗੇ ਅਤੇ ਹੁਣ ਥਾਂ ਸੈੱਟ ਕਰਨ ਲਈ ਵੀ ਇਹ ਟਰੈਕਟਰ ਲਿਆਉਂਦੇ ਨੇ ਜਿਨ੍ਹਾਂ ਦੇ ਮਗਰ ਕਰਾਹ ਕਰੂ ਪਾਏ ਹੁੰਦੇ ਨੇ ਵੀ ਉਹਨਾਂ ਨੇ ਆਪੋ ਆਪਣਾ ਥਾਂ ਸੈੱਟ ਕਰਾਉਣਾ ਹੁੰਦਾ ਸਾਰਾ ਅਤੇ ਉਦੋਂ ਨੇ ਜਮੀ ਜੰਮ ਨਹੀਂ ਸੀ ਹੁੰਦਾ ਜਾਮ ਨਹੀਂ ਸੀ ਹੋ ਰਿਹਾ ਸੜਕ 'ਤੇ ਆਹ ਦੇਖੋ ਅੱਜ ਕਿਵੇਂ ਜਾਮ ਲੱਗਿਆ ਪਿਆ ਹੋ ਧੁਰ ਤੱਕ ਆਪਾਂ ਨੂੰ ਆਪਣੇ ਲੰਗਰ ਤੋਂ ਇਕੱਲਾ ਜੋਤੀ ਸਰੂਪ ਦੂਰ ਪੈਂਦਾ ਨਹੀਂ ਬਾਕੀ ਸਾਰੇ ਗੁਰਦੁਆਰੇ ਆਪਣੇ ਨੇੜੇ ਨਹੀਂ ਜਾਵਾਂ ਇਹ ਮੈਨੂੰ ਲੱਗਦਾ ਹੈਗਾ ਆਪਾਂ ਨੂੰ 1.5-2 ਕਿਲੋਮੀਟਰ ਨਾ ਆਪਣੇ ਲੰਗਰ ਤੋਂ ਹੋਊਗਾ 1.5-2 ਕਿਲੋਮੀਟਰ ਦਾ ਦੇਖੋ ਬਾਕੀ ਹਜੇ ਲੋਕ ਗੱਡੀਆਂ 'ਤੇ ਵੀ ਆ ਰਹੇ ਨੇ ਆਪੋ ਆਪਣੇ ਸਾਧਨਾਂ 'ਤੇ ਟਰਾਲੀਆਂ 'ਤੇ ਦੇਖੋ ਪਹੁੰਚ ਗਏ ਆਪਾਂ ਜੋਤੀ ਸਰੂਪ ਦੇਖੋ ਤੁਸੀਂ ਗੁਰਦੁਆਰੇ ਦਾ ਵਿਊ ਚੈੱਕ ਕਰੋ ਪ੍ਰੋਪਰ ਮੂਹਰੇ ਗੱਡੀ ਖੜੀ ਆ ਇੱਥੇ ਖੜ ਮਣੇ ਦੇਖੋ ਦੇਖੋ ਪ੍ਰੋਪਰ ਵਿਊ ਤੁਸੀਂ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਪਹੁੰਚ ਗਏ ਆਪਾਂ ਠੀਕ ਹੈ ਜੀ ਇਹ ਗੁਰਦੁਆਰਾ ਸਾਹਿਬ 'ਚ ਦੀਵਾਨ ਟੂਟਰ ਮੱਲ ਨੇ ਸੋਨੇ ਦੀਆਂ ਮੂਹਰਾਂ ਖੜੀਆਂ ਕਰੀਆਂ ਸੀਗੀਆਂ ਨੇ 3 ਲੱਖ ਅਤੇ ਫਿਰ ਜਾ ਕੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸੀ ਬੜੀ ਬਣਾ ਮੱਸੀਆਂ ਫੜਨ ਲੱਗ ਗਿਆ ਜੀਗਾ ਅਤੇ ਚੱਲ ਕੋਈ ਨਹੀਂ ਇਹਦਾ ਆਪਾਂ ਜਸਟ ਫੋਰ ਫਨ ਕਰ ਰਹੇ ਹਾਂ ਅਤੇ ਤੁਸੀਂ ਨਾ ਕਰਿਆ ਕਰੋ ਇਹ ਚੀਜ਼ਾਂ ਠੀਕ ਆ ਅਤੇ ਹੁਣ ਆਪਾਂ ਸਰੋਵਰ 'ਚ ਖੋ ਵੀ ਕਰ ਲਏ ਮੂੰਹ ਹੱਥ ਵੀ ਧੋ ਲਿਆ
ਹੁਣ ਆਪਾਂ ਲਾਉਂਦੇ ਆ ਫੋਨ ਆ ਗਿਆ ਸਾਡੇ ਬਾਬੇ ਨੂੰ ਚਾਚੇ ਉਹਨਾਂ ਨੂੰ ਫੋਨ ਆਇਆ ਬਾਈ ਹੁਣ ਆਪਾਂ ਦੇਖ ਲੈ ਕੇ ਚੱਲਦੇ ਹਾਂ ਲੰਗਰ ਵੱਲ ਨੂੰ ਕਿਉਂ ਪਾਈਏ ਦੇਖ ਚਾਚਾ ਕੀ ਕਰਦਾ ਉਹ ਇਹ ਮੱਥਾ ਟੇਕ ਕੇ ਹੁਣ ਸੰਗਤਾਂ ਪਾ ਰਹੀਆਂ ਨੇ ਲੰਗਰ ਵੱਲ ਨੂੰ ਵਾਪਸੀ ਵਾਪਸ ਚਾਲੇ ਪਾ ਰਹੇ ਨੇ ਹੁਣ ਸੰਗਤਾਂ ਦੇਖੋ ਬੁਖਾਰਾ ਸਾਹਮਣੇ ਉਹਨੂੰ ਇੱਕ ਹੁਣ ਸਰਮੈਟਿਕ ਬਣਾ ਲਈਏ ਰੀਲ ਇਹ ਫਿਰ ਦਿਖਾਉਣਾ ਤੁਹਾਨੂੰ ਅੱਗੇ ਪਹੁੰਚ ਗਏ ਆਪਾਂ ਵੀ ਆਪਣੇ ਲੰਗਰ ਕੋਲ ਸਾਹਮਣੇ ਦੇਖੋ ਲਾਈਟਾਂ ਜਗਦੀਆਂ ਨਹੀਂ ਆਉਣੀਆਂ ਤੁਹਾਨੂੰ ਓਹਲੇ ਹੀ ਹੋ ਗਈਆਂ ਉਹ ਦਰਖਤ ਦੇ ਓਹਲੇ ਹੋ ਗਈਆਂ ਉੱਥੇ ਆਪਣਾ ਲੰਗਰ ਟਿੱਬੀ ਜੀ ਤੇ ਚੜ੍ਹ ਕੇ ਟਿੱਬੇ ਜੀ ਤੇ ਆਪਾਂ ਸਾਰੇ ਮੱਥੇ ਸਾਰੇ ਗੁਰਦੁਆਰੇ ਸਾਹਿਬ 'ਚ ਮੱਥੇ ਟੇਕ ਲਈ ਕਲਾ ਗੁਰਦੁਆਰਾ ਰਹਿ ਗਿਆ ਅਤੇ ਹੁਣ ਆਪਾਂ ਇੱਥੇ ਵੀ ਮੱਥਾ ਟੇਕਦੇ ਹਾਂ ਨਿਹੰਗਾਂ ਵਾਲਾ ਗੁਰਦੁਆਰਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ੇਰਾਂ ਨੇ ਰਾਖੀ ਕਰੀ ਸੀਗੀ ਜਦੋਂ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦ ਕਰਤਾ ਸੀਗਾ ਉਦੋਂ ਸ਼ੇਰਾਂ ਨੇ ਉਹਨਾਂ ਦੀ ਰਾਖੀ ਕਰੀ ਸੀਗੀ ਇੱਥੇ ਸ਼ੇਰਾਂ ਨੇ ਅਤੇ ਇਸ ਨੂੰ ਅੰਦਰ ਦਿਖਾਉਂਦੇ ਹਾਂ ਬਾਕੀ ਆਪਾਂ ਉਹਨਾਂ ਦੇ ਉਹ ਥਾਂ 'ਤੇ ਥੜੇ ਵੀ ਬਣੇ ਪਏ ਨੇ ਜੇ ਅੰਦਰ ਚੱਲੇ ਆਪਾਂ ਹੁਣ ਮੱਥਾ ਟੇਕਣ ਥੱਲੇ ਚੱਲੇ ਆਪਾਂ ਹੁਣ ਮੱਥਾ ਟੇਕਣ ਉਸੇ ਸਾਹਮਣੇ ਅਸੀਂ ਛੋਟੇ ਸਾਹਿਬਜ਼ਾਦਿਆਂ ਦੇ ਥੜੇ ਬਣੇ ਵੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਉਹ ਕਰਿਆ ਗਿਆ ਸ਼ਹੀਦ ਵੀ ਛੋਟੇ ਸਾਹਿਬਜ਼ਾਦਿਆਂ ਦੇ ਥੜੇ ਇੱਧਰ ਆਹ ਵਾਲਾ ਅਤੇ ਉਹ ਵਾਲਾ ਉਦੋਂ ਹੈਗਾ ਮਾਤਾ ਗੁਜਰ ਕੌਰ ਜੀ ਦਾ ਥੜਾ ਉਹ ਸਾਹਮਣੇ ਉਹ ਵਾਲਾ